ਵਾਤਾਵਰਨ ਨੂੰ ਹਰਾ ਭਰਾ ਬਣਾਉਣ ਲਈ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਰੋਟਰੀ ਕਲੱਬ ਨਾਭਾ ਵੱਲੋਂ ਵਣ ਮਹਾਂਉਤਸਵ ਮਨਾਇਆ ਗਿਆ। ਸਰਕਾਰੀ ਹਫ਼ਤਾ ਨਾਭਾ ਵਿੱਚ ਰੋਟਰੀ ਕਲੱਬ ਦੇ ਮੈਂਬਰਾਂ ਵੱਲੋਂ 101 ਬੂਟਾ ਲਗਾਇਆ ਗਿਆ। ਇਸ ਮੌਕੇ 'ਤੇ ਰੋਟਰੀ ਕਲੱਬ ਨਾਭਾ ਦੇ ਪ੍ਰਧਾਨ ਰਜਨੀਸ਼ ਕੁਮਾਰ ਸੈਂਟੀ, ਹਸਪਤਾਲ ਨਾਭਾ ਦੇ ਡਾਕਟਰ ਅਤੇ ਰੋਟਰੀ ਕਲੱਬ ਨਾਭਾ ਦੇ ਮੈਂਬਰ ਵੀ ਮੌਜੂਦ ਰਹੇ। ਇਸ ਮੌਕੇ 'ਤੇ ਰੋਟਰੀ ਕਲੱਬ ਨਾਭਾ ਦੇ ਪ੍ਰਧਾਨ ਰਜਨੀਸ਼ ਕੁਮਾਰ ਸੈਂਟੀ ਅਤੇ ਮੈਂਬਰਾਂ ਵੱਲੋਂ ਗੱਲਬਾਤ ਕਰਦੇ ਹੋਏ ਕਿਹਾ ਗਿਆ ਕਿ ਅੱਜ ਵਣ ਮਹਾਂਉਤਸਵ ਮਨਾਇਆ ਗਿਆ, ਜਿਸ ਵਿੱਚ 101 ਬੂਟਾ ਸਰਕਾਰੀ ਹਫ਼ਤਾ ਨਾਭਾ ਵਿੱਚ ਲਗਾਇਆ ਗਿਆ। ਨਾਭਾ ਵੱਲੋਂ ਜਿਹੜਾ ਵੱਡਾ ਉਪਰਾਲਾ ਕੀਤਾ ਹੈ ਸਰਕਾਰ ਨਾਭਾ ਦੇ ਵਿੱਚ ਵਣ ਮਹਾਂਉਤਸਵ ਮਨਾਇਆ ਗਿਆ। ਇਹ ਹਰ ਸਾਲ ਦੀ ਤਰ੍ਹਾਂ ਜਿਸ ਤਰ੍ਹਾਂ ਪਹਿਲਾਂ ਵੀ 20 ਸਾਲ ਤੋਂ ਉਪਰਾਲਾ ਚੱਲ ਰਿਹਾ, ਰੋਟਰੀ ਕਲੱਬ ਦਾ ਇੱਕ ਹੀ ਮਿਸ਼ਨ ਹੈ ਕਿ ਜੋ ਪਬਲਿਕ ਹੈ ਉਹਨੂੰ ਇੱਕ ਆਕਸੀਜਨ ਮਿਲਦੀ ਰਹੇ ਅਤੇ ਵਣ ਮਹਾਂਉਤਸਵ ਉਸੇ ਤਰੀਕੇ ਅਸੀਂ ਮਨਾ ਰਹੇ ਹਾਂ। ਅੱਜ ਸਿਵਲ ਹਸਪਤਾਲ ਨਾਭਾ ਦੇ ਵਿੱਚ ਅਸੀਂ ਪਹਿਲਾਂ ਵੀ ਇੱਕ ਪਾਰਕ ਮੇਨਟੇਨ ਕੀਤਾ ਸੀਗਾ, ਜਿਹਦਾ ਕਿ ਅੱਜ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਉਹ ਵੱਧ ਫੁੱਲ ਕੇ ਬਹੁਤ ਵਧੀਆ ਬਣ ਚੁੱਕਿਆ ਅਤੇ ਪਬਲਿਕ ਦੇ ਕੰਮ ਆ ਰਿਹਾ, ਪੇਸ਼ੈਂਟਸ ਦੇ ਕੰਮ ਆ ਰਿਹਾ। ਅੱਜ ਵੀ ਸਾਡੇ ਰੋਟਰੀ ਕਲੱਬ ਨਾਭਾ ਵੱਲੋਂ ਇੱਥੇ ਲਗਭਗ 300 ਦੇ ਕਰੀਬ ਪੌਦੇ ਲਗਾਏ ਜਾ ਰਹੇ ਨੇਗੇ, ਜੋ ਕਿ ਵੱਖ ਵੱਖ ਜਗ੍ਹਾਵਾਂ 'ਤੇ ਹੋਰ ਵੀ ਲਗਾਏ ਜਾਣਗੇ। ਮੈਂ ਇਸ ਦੇ ਵਿੱਚ ਨਾਲ ਹੀ ਸਾਡੇ ਇੱਥੇ ਕੈਬਨਿਟ ਦੇ ਵਜ਼ੀਰ ਸਰਦਾਰ ਸਾਹਿਬ ਸਿੰਘ ਧਰਮਸੋਤ ਜੀ, ਜੋ ਕਿ ਜੰਗਲਾਤ ਦੇ ਮੰਤਰੀ ਨੇ, ਉਹਨਾਂ ਦਾ ਵੀ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਨੂੰ ਬੂਟੇ ਦਿੱਤੇ ਨੇ, ਜੋ ਕਿ ਬਿਨਾਂ ਪੈਸੇ ਤੋਂ ਬਿਨਾਂ ਕਿ ਤੁਸੀਂ ਵੱਧ ਤੋਂ ਵੱਧ ਬੂਟੇ ਲਗਾਓ। ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਸਾਡੇ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਆ ਰਿਹਾ, ਉਸ 'ਤੇ ਪ੍ਰਕਾਸ਼ ਉਤਸਵ 'ਤੇ ਵੀ 550 ਬੂਟੇ ਰੋਟਰੀ ਕਲੱਬ ਨਾਭਾ ਵੱਲੋਂ ਲਗਾਵਾਂਗੇ। ਮੈਂ ਸਮੂਹ ਟੀਮ ਦਾ ਅਤੇ ਨਾਲ ਹੀ ਇੱਥੇ ਡਾਕਟਰ ਸਾਡੇ SMO ਸਾਹਿਬ ਦਾ ਅਤੇ ਸਾਰੇ ਸਟਾਫ ਦਾ ਦਿਲ ਦੀਆਂ ਗਹਿਰਾਈਆਂ ਤੋਂ ਰੋਟਰੀ ਕਲੱਬ ਨਾਭਾ ਵੱਲੋਂ ਧੰਨਵਾਦ ਵੀ ਕਰਦਾ। ਪਿਛਲੇ 20 ਸਾਲਾਂ ਤੋਂ ਵਣ ਉਤਸਵ ਜਿਹੜਾ ਫੰਕਸ਼ਨ ਹੈ ਸਾਡੀ ਸਰਕਾਰਾਂ ਨੇ ਸ਼ੁਰੂ ਕੀਤਾ ਹੈ, ਕਰਦੇ ਆ ਰਹੇ ਹਾਂ, ਔਰ ਰੋਟਰੀ ਦਾ ਹਮੇਸ਼ਾ ਹੀ ਇਹ ਮਿਸ਼ਨ ਰਿਹਾ ਵੀ ਉਹ ਕੰਮ ਕਰੋ, ਇੱਕ ਇੰਡੀਵਿਜੁਅਲ ਹੋ ਕੇ ਕੰਮ ਕਰੋ ਤਾਂ ਕਿ ਅਸੀਂ ਆਪਣੀ ਇਨਵਾਇਰਮੈਂਟ ਨੂੰ ਬਚਾ ਸਕੀਏ, ਜਿਹੜੀ ਬਹੁਤ ਪੋਲਿਊਟਿਡ ਹੋ ਗਈ ਹੈ, ਕਿਉਂਕਿ ਹਰ ਇੱਕ ਬੰਦੇ ਨੂੰ ਇੰਨੀ ਆਕਸੀਜਨ ਚਾਹੀਦੀ ਹੈ ਜਿੰਨੇ ਸਾਡੇ ਕੋਲ ਇਸ ਵੇਲੇ ਪੇੜ ਹੈ ਉਹ ਦੇ ਨਹੀਂ ਸਕਦੇ। ਇਸ ਕਰਕੇ ਹਰ ਇੱਕ ਇੰਡੀਅਨਸ ਦਾ ਇਹ ਫਰਜ਼ ਹੈ ਵੀ ਆਪਣੇ ਘਰਾਂ 'ਚ ਬੂਟੇ ਲਵਾਉਣ, ਦਰਖਤ ਲਾਉਣ, ਤਾਂ ਕਿ ਅਸੀਂ ਉਹਦੀ ਕਮੀ ਨੂੰ ਦੂਰੀ ਕਰ ਸਕੇ, ਕਿਉਂਕਿ ਸਰਕਾਰਾਂ ਤੋਂ ਇੰਨੇ ਕੰਮ ਸ਼ਾਇਦ ਨਾ ਹੋ ਸਕਣ। ਜਿਹੜੇ NGOs ਹੈ ਜਿਵੇਂ ਰੋਟਰੀ ਹੋ ਗਿਆ, ਲਾਇਨਸ ਕਲੱਬ ਹੋ ਗਿਆ, JC ਕਲੱਬ ਹੋ ਗਿਆ, ਹੋਰ ਲੋਕਲ NGOs ਰਲ ਮਿਲ ਕੇ ਇਹ ਜਿਹੜੀ ਸਾਡੇ 'ਤੇ ਆਉਣ ਵਾਲੀ ਮੁਸੀਬਤ ਹੈ ਇਹਨੂੰ ਦੂਰ ਕੀਤਾ ਜਾਵੇ, ਗਲੋਬਲ ਵਾਰਮਿੰਗ ਦੂਰ ਕੀਤਾ ਜਾਵੇ। ਫੋਰਨ ਕੰਟਰੀ 'ਚ ਇੰਨੇ ਦਰਖਤ ਲੱਗ ਰਹੇ ਹੈ, ਤੁਸੀਂ ਇਮੈਜਿਨ ਨਹੀਂ ਕਰਦੇ, ਹਰ ਇੱਕ ਦੇ ਘਰ 'ਚ ਦਰਖਤ ਹੈ ਦਰਖਤ। ਇੰਡੀਆ 'ਚ ਵੀ ਇਹ ਹੋਣਾ ਚਾਹੀਦਾ, ਹਰ ਇੱਕ ਬੰਦਾ ਆਪਣੇ ਘਰ 'ਚ ਘੱਟੋ ਘੱਟ 2 ਇਹੋ ਜਿਹੇ ਪੇੜ ਲਾਵੇ ਜਿਹੜੀ ਉਹਦੀ ਆਕਸੀਜਨ ਦੀ ਕਮੀ ਨੂੰ ਪੂਰੀ ਕੀਤੀ ਸੀ। ਥੈਂਕ ਯੂ ਵੈਰੀ ਮਚ। ਸਰਕਾਰੀ ਹਸਪਤਾਲ ਲਈ ਪਹਿਲਾਂ ਪਾਰਕ ਵੀ ਕੀਤਾ ਸੀ, ਇੱਥੇ ਚੱਲ ਰਿਹਾ ਹੋਊਗੀ, ਕੀ ਕਹਿਣਾ ਚਾਹੁੰਦੇ? ਰੋਟਰੀ ਕਲੱਬ ਦਾ ਅੱਜ ਵਣ ਮਹਾਂਉਤਸਵ ਦੇ ਮੌਕੇ 'ਤੇ ਇੱਥੇ ਹਸਪਤਾਲ ਦੇ ਵਿੱਚ ਜਿਹੜੀ ਪਲਾਂਟੇਸ਼ਨ ਕਰਨ ਦਾ ਜੋ ਕਰ ਰਹੇ ਨੇ, ਅਸੀਂ ਉਹਦੇ ਵਾਸਤੇ ਇਹਨਾਂ ਦਾ ਬਹੁਤ ਹੀ ਵੈਲਕਮ ਕਰਦੇ ਹਾਂ ਅਤੇ ਬਹੁਤ ਹੀ ਜ਼ਿਆਦਾ ਧੰਨਵਾਦੀ ਹਾਂ। ਇਹਨਾਂ ਨੇ ਆਪਣੇ ਵਧੀਆ ਬਹੁਤ ਹੀ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਿਵਲ ਹਸਪਤਾਲ ਨੂੰ ਚੂਜ਼ ਕੀਤਾ ਕਿ ਇੱਥੇ ਪਲਾਂਟੇਸ਼ਨ ਹੋਵੇ, ਕਿਉਂਕਿ ਇੱਥੇ ਜਿਹੜੀ ਪਲਾਂਟੇਸ਼ਨ ਹੈ ਉਹ ਪੇਸ਼ੈਂਟਸ ਦੇ ਵਾਸਤੇ ਬਹੁਤ ਹੀ ਜ਼ਿਆਦਾ ਯੂਜ਼ਫੁੱਲ ਹੈ। ਮੈਂ ਸਿਵਲ ਹਸਪਤਾਲ ਸਟਾਫ ਵੱਲੋਂ ਅਤੇ ਸਿਵਲ ਹਸਪਤਾਲ ਦੇ ਸਮੂਹ ਐਡਮਿਨਿਸਟ੍ਰੇਸ਼ਨ ਵੱਲੋਂ ਰੋਟਰੀ ਕਲੱਬ ਨਾਭਾ ਦਾ ਬਹੁਤ ਹੀ ਜ਼ਿਆਦਾ ਤਹਿ ਦਿਲੋਂ ਥੈਂਕਸ ਕਰਦਾ। ਸਾਡਾ ਵਣ ਮਹਾਂਉਤਸਵ ਅਸੀਂ ਮਨਾ ਰਹੇ ਹਾਂ ਅਤੇ ਤਕਰੀਬਨ 20 ਸਾਲ ਪਹਿਲਾਂ ਮੈਂ ਪ੍ਰੈਜੈਂਟ ਸੀ ਇੱਥੇ, ਮੈਂ ਇੱਥੇ ਹਰਬਲ ਪਾਰਕ ਬਣਾਇਆ ਸੀ ਉਦੋਂ, ਉਹ ਵੀ
ਪੂਰਾ ਮੇਨਟੇਨ ਹੋ ਚੁੱਕਾ ਹੈ। ਆਹ ਜਿਹੜਾ ਪਾਰਕ ਅਸੀਂ 2 ਸਾਲ ਤੋਂ ਸ਼ੁਰੂ ਕੀਤਾ ਹੈ, ਸੈਂਟੀ ਜੀ ਦੀ ਪ੍ਰਧਾਨਗੀ ਹੇਠ ਜਾਂ ਪਹਿਲਾਂ ਪ੍ਰਧਾਨ ਸੀ, ਇਹ ਪਾਰਕ ਵਿੱਚ ਬਣ ਕੇ ਇੱਕ ਬੜੀ ਗੰਦੀ ਜਗ੍ਹਾ ਸੀ ਜਿਹੜੀ ਕਿ ਅੱਜ ਬਣ ਕੇ ਬੜਾ ਅੱਛਾ ਰੂਪ ਧਾਰਨ ਕੀਤਾ ਹੋਇਆ ਨੇ। ਅਸੀਂ ਹਰ ਸਾਲ ਇੱਥੇ ਇੱਦਾਂ ਹੀ ਵਨ ਮਹੋਤਸਵ ਮਨਾਉਂਦੇ ਰਹਾਂਗੇ ਅਤੇ ਆਉਣ ਵਾਲਾ ਸਮੇਂ 'ਚ ਵੀ ਅਸੀਂ ਕਹਿੰਦੇ ਹਾਂ ਵੀ ਹਰ ਬੰਦੇ ਨੂੰ 10-10 ਬੂਟੇ ਲਾਉਣੇ ਚਾਹੀਦੇ ਜਿਹੜਾ ਕਿ ਇੱਥੇ ਇਨਵਾਇਰਮੈਂਟ ਆਪਣਾ ਬਹੁਤ ਵਧੀਆ ਬਣ ਸਕੇ। ਥੈਂਕ ਯੂ ਵੈਰੀ ਮੱਚ। ਆਵਾਜ਼ੇ ਕੌਮ ਟੀਵੀ ਲਈ ਨਾਭਾ ਤੋਂ ਤਰੁਣ ਮਹਿਤਾ ਦੀ ਰਿਪੋਰਟ।